ਤੁਸੀਂ ਦੇਖੋ ਕਿ ਇਹ ਜਿਹੜੇ ਆਯੁਸ਼ਮਾਨ ਹੈ ਇਹਦੇ ਵਿੱਚ ਕਿੰਨੇ ਹੀ ਲੋਕਾਂ ਦਾ ਭਲਾ ਹੋ ਰਿਹਾ ਸੀ, ਲੇਕਿਨ ਸਰਕਾਰ ਨੇ ਇਹਦੀ ਜਿਹੜੀ ਪੈਸੇ ਆ ਉਹ ਬੰਦ ਕੀਤੀ ਹੋਈ ਹੈ। ਹਸਪੀਟਲਾਂ ਨੂੰ ਪ੍ਰਾਈਵੇਟਾਂ ਨੂੰ ਪੈਸੇ ਨਹੀਂ ਮਿਲਦੇ, ਇਸ ਕਰਕੇ ਉਹਨਾਂ ਨੇ ਹੱਥ ਖੜੇ ਕਰਤੇ ਹੈ, ਜਿਹਦੇ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ। ਸਰਕਾਰੀ ਹਸਪਤਾਲਾਂ ਦਾ ਖਾਸ ਤੌਰ 'ਤੇ ਬਹੁਤ ਬੁਰਾ ਹਾਲ ਹੈ। ਇੱਥੇ ਸਰਕਾਰੀ ਸੁਵਿਧਾਵਾਂ ਹੈਲਥ ਦੇ ਪ੍ਰਤੀ ਬਿਲਕੁਲ ਨਾ ਦੇ ਬਰਾਬਰ ਹੋ ਗਈਆਂ। ਦਵਾਈਆਂ ਕੋਈ ਹਸਪਤਾਲਾਂ ਦੇ ਵਿੱਚ ਮਿਲਦੀਆਂ ਨਹੀਂ, ਅਤੇ ਆਹ ਤੁਸੀਂ ਚਮਕੌਰ ਸਾਹਿਬ ਦਾ ਹੀ ਹਸਪਤਾਲ ਦੇਖ ਲਓ, 12 ਕਰੋੜ ਰੁਪਇਆ ਲਗਾ ਕੇ ਮੈਂ ਬਿਲਡਿੰਗ ਬਣਾਈ ਸੀ, ਲੇਕਿਨ ਇਕੱਲੀ ਬਿਲਡਿੰਗ ਨਾਲ ਹਸਪਤਾਲ ਥੋੜ੍ਹਾ ਬਣਦਾ, ਹਸਪਤਾਲ ਤਾਂ ਡਾਕਟਰਾਂ ਦੇ ਨਾਲ ਬਣਨਾ ਹੈ। ਡਾਕਟਰ ਇੱਥੇ ਹੈ ਕਿਹੜੇ? ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ, ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੁੱਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੀ, ਕੋਈ ਨਵਾਂ ਕੰਮ ਕੀਤਾ? ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ 'ਚ, ਉਸ ਨੂੰ ਛੋਟਾ ਕਰਤਾ ਹੈ। ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ 'ਤੇ ਇੱਕ ਛੋਟਾ ਡਾਕਟਰ ਲਗਾਤਾ ਜਿਹਨੂੰ ਪਤਾ ਕੁਛ ਨਹੀਂ ਹੁੰਦਾ, ਉਹ ਡਿਸਪਰਿਨ ਦੀ ਦਵਾਈ ਤੋਂ ਇਲਾਵਾ ਕੁਛ ਲਿਖਦਾ ਨਹੀਂ ਹੈ, ਅਤੇ ਦਵਾਈਆਂ ਹਸਪਤਾਲਾਂ ਦੇ ਵਿੱਚ ਹੈ ਨਹੀਂ। ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ। ਤਾਂ ਹੁਣ ਤਾਂ ਖੈਰ CM ਸਾਹਿਬ ਦੀ ਸਿਹਤ ਖਰਾਬ ਹੈ, ਪਰਮਾਤਮਾ ਉਹਨਾਂ ਨੂੰ ਸਿਹਤਯਾਬੀ ਦੇਵੇ, ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲ ਸਕਦਾ? ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ, ਉਹ ਪੰਜਾਬ ਦਾ ਕਿਆ ਭਾਲਾ ਕਰੇਗਾ, ਉਹ ਕਿਆ ਸੇਧ ਦੇਵੇਗਾ ਪੰਜਾਬ ਨੂੰ? ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ, ਹਾਰਟ ਉਹਦਾ ਸੱਜੇ ਪਾਸੇ ਤੋਂ ਕੰਮ ਕਰਨਾ ਬੰਦ ਕਰ ਗਿਆ। ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ, ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ। ਲੇਕਿਨ ਪੰਜਾਬ ਦਾ ਬਹੁਤ ਮੰਨਾ, ਜਿਹੜਾ ਪਿਸ਼ੌਰ ਨਹੀਂ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਛ ਨਹੀਂ ਕਰਨਾ, ਉਸ ਤੋਂ ਹੋਇਆ ਹੀ ਕੁਛ ਨਹੀਂ। ਉਹ ਕਾਂਗਰਸ ਵਿੱਚ ਵੀ ਫੇਲ ਸੀ, ਉਹ BJP 'ਚ ਵੀ ਫੇਲ ਹੈ, ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ, ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ। ਇਹ ਬੰਦੇ ਦੇ ਵਿੱਚ ਕੈਲੀਵਰ ਨਹੀਂ ਹੈ, ਉਹਦੇ ਉੱਪਰ ਗੁੜ ਲੱਗਿਆ ਵਜਾ ਕਿਸੇ ਨੇ ਚਿੱਟੀ ਜਾਣਾ, ਕਿਆ ਉਹਦੇ ਵਿੱਚ ਕੁਛ ਵੀ ਨਹੀਂ ਹੈ, ਆਉਂਦਾ ਹੀ ਕੁਛ ਨਹੀਂ ਉਹਨੂੰ। ਤੁਸੀਂ ਦੇਖੋ ਕਿ ਇਹ ਜਿਹੜੇ ਆਯੁਸ਼ਮਾਨ ਹੈ ਇਹਦੇ ਵਿੱਚ ਕਿੰਨੇ ਹੀ ਲੋਕਾਂ ਦਾ ਭਲਾ ਹੋ ਰਿਹਾ ਸੀ, ਲੇਕਿਨ ਸਰਕਾਰ ਨੇ ਇਹਦੀ ਜਿਹੜੀ ਪੈਸੇ ਆ ਉਹ ਬੰਦ ਕੀਤੀ ਹੋਈ ਹੈ। ਹਸਪੀਟਲਾਂ ਨੂੰ ਪ੍ਰਾਈਵੇਟਾਂ ਨੂੰ ਪੈਸੇ ਨਹੀਂ ਮਿਲਦੇ, ਇਸ ਕਰਕੇ ਉਹਨਾਂ ਨੇ ਹੱਥ ਖੜੇ ਕਰਤੇ ਹੈ, ਜਿਹਦੇ ਨਾਲ ਆਮ ਲੋਕਾਂ ਦਾ ਬਹੁਤ ਨੁਕਸਾਨ ਹੋ ਰਿਹਾ। ਸਰਕਾਰੀ ਹਸਪਤਾਲਾਂ ਦਾ ਖਾਸ ਤੌਰ 'ਤੇ ਬਹੁਤ ਬੁਰਾ ਹਾਲ ਹੈ। ਇੱਥੇ ਸਰਕਾਰੀ ਸੁਵਿਧਾਵਾਂ ਹੈਲਥ ਦੇ ਪ੍ਰਤੀ ਬਿਲਕੁਲ ਨਾ ਦੇ ਬਰਾਬਰ ਹੋ ਗਈਆਂ। ਦਵਾਈਆਂ ਕੋਈ ਹਸਪਤਾਲਾਂ ਦੇ ਵਿੱਚ ਮਿਲਦੀਆਂ ਨਹੀਂ, ਅਤੇ ਆਹ ਤੁਸੀਂ ਚਮਕੌਰ ਸਾਹਿਬ ਦਾ ਹੀ ਹਸਪਤਾਲ ਦੇਖ ਲਓ, 12 ਕਰੋੜ ਰੁਪਇਆ ਲਗਾ ਕੇ ਮੈਂ ਬਿਲਡਿੰਗ ਬਣਾਈ ਸੀ, ਲੇਕਿਨ ਇਕੱਲੀ ਬਿਲਡਿੰਗ ਨਾਲ ਹਸਪਤਾਲ ਥੋੜ੍ਹਾ ਬਣਦਾ, ਹਸਪਤਾਲ ਤਾਂ ਡਾਕਟਰਾਂ ਦੇ ਨਾਲ ਬਣਨਾ ਹੈ। ਡਾਕਟਰ ਇੱਥੇ ਹੈ ਕਿਹੜੇ? ਆਮ ਆਦਮੀ ਕਲੀਨਿਕ ਤੁਸੀਂ ਮੈਨੂੰ ਦੱਸੋ, ਉਹੀ ਆਪਣੀਆਂ ਪੁਰਾਣੀਆਂ ਡਿਸਪੈਂਸਰੀਆਂ ਕੁੱਚੀ ਮਾਰ ਕੇ ਉਹਦੇ ਪਰ ਆਮ ਆਦਮੀ ਲਿਖ ਕੇ ਫੋਟੋ ਲਗਾਤੀ ਹੈ ਆਪਣੀ, ਕੋਈ ਨਵਾਂ ਕੰਮ ਕੀਤਾ? ਬਲਕਿ ਜਿਹੜਾ ਇੱਥੇ ਇਨਫਰਾਸਟ੍ਰਕਚਰ ਪਹਿਲਾਂ ਸੀਗਾ ਹੈਲਥ ਡਿਪਾਰਟਮੈਂਟ 'ਚ, ਉਸ ਨੂੰ ਛੋਟਾ ਕਰਤਾ ਹੈ। ਜਿੱਥੇ ਡਿਸਪੈਂਸਰੀਆਂ ਚੱਲਦੀਆਂ ਸੀ ਉੱਥੇ ਆਮ ਆਦਮੀ ਲਿਖ ਕੇ ਹੁਣ ਪ੍ਰਾਈਵੇਟ ਇੱਕ ਕੰਟਰੈਕਟ 'ਤੇ ਇੱਕ ਛੋਟਾ ਡਾਕਟਰ ਲਗਾਤਾ ਜਿਹਨੂੰ ਪਤਾ ਕੁਛ ਨਹੀਂ ਹੁੰਦਾ, ਉਹ ਡਿਸਪਰਿਨ ਦੀ ਦਵਾਈ ਤੋਂ ਇਲਾਵਾ ਕੁਛ ਲਿਖਦਾ ਨਹੀਂ ਹੈ, ਅਤੇ ਦਵਾਈਆਂ ਹਸਪਤਾਲਾਂ ਦੇ ਵਿੱਚ ਹੈ ਨਹੀਂ। ਇਹਨਾਂ ਨੇ ਪੰਜਾਬ ਦੇ ਨਾਲ ਹਰ ਗੱਲ ਦੇ ਵਿੱਚ ਧੋਖਾ ਕੀਤਾ। ਤਾਂ ਹੁਣ ਤਾਂ ਖੈਰ CM ਸਾਹਿਬ ਦੀ ਸਿਹਤ ਖਰਾਬ ਹੈ, ਪਰਮਾਤਮਾ ਉਹਨਾਂ ਨੂੰ ਸਿਹਤਯਾਬੀ ਦੇਵੇ, ਪਰ ਜਿਹੜਾ ਬੰਦਾ ਆਪਣੇ ਆਪ ਨੂੰ ਨਹੀਂ ਸੰਭਾਲ ਸਕਦਾ ਪੰਜਾਬ ਨੂੰ ਕਿਆ ਸੰਭਾਲ ਸਕਦਾ? ਜਿਹੜਾ ਬੰਦਾ ਐਡੇ ਬੜੇ ਅਹੁਦੇ ਪਰ ਹੋ ਕੇ ਇੱਕ ਸ਼ਰਾਬ ਨਹੀਂ ਛੱਡ ਸਕਦਾ ਯਾਰ, ਉਹ ਪੰਜਾਬ ਦਾ ਕਿਆ ਭਾਲਾ ਕਰੇਗਾ, ਉਹ ਕਿਆ ਸੇਧ ਦੇਵੇਗਾ ਪੰਜਾਬ ਨੂੰ? ਤੁਸੀਂ ਦੇਖੋ ਉਹਦਾ ਜਿਹੜਾ ਉਹ ਲੀਵਰ ਹੈ ਉਹ ਖਤਮ ਹੋ ਰਿਹਾ ਹੈ, ਹਾਰਟ ਉਹਦਾ ਸੱਜੇ ਪਾਸੇ ਤੋਂ
ਕੰਮ ਕਰਨਾ ਬੰਦ ਕਰ ਗਿਆ। ਮੈਂ ਤਾਂ ਅਰਦਾਸ ਕਰਦਾ ਉਹਦੇ ਵਾਸਤੇ, ਉਹ ਪਰਮਾਤਮਾ ਕਰੇ ਜੁਗ ਜੁਗ ਜੀਵੇ। ਲੇਕਿਨ ਪੰਜਾਬ ਦਾ ਬਹੁਤ ਮੰਨਾ, ਜਿਹੜਾ ਪਿਸ਼ੌਰ ਨਹੀਂ ਕੁਛ ਕਰ ਸਕਦਾ ਉਹਨੇ ਲਾਹੌਰ ਵੀ ਕੁਛ ਨਹੀਂ ਕਰਨਾ। ਉਸ ਤੋਂ ਹੋਇਆ ਹੀ ਕੁਛ ਨਹੀਂ, ਉਹ ਕਾਂਗਰਸ ਵਿੱਚ ਵੀ ਫੇਲ ਸੀ, ਉਹ ਬੀਜੇਪੀ 'ਚ ਵੀ ਫੇਲ ਹੈ, ਅੱਗੇ ਹੁਣ ਜਿੱਥੇ ਜਾਏਗਾ ਉੱਥੇ ਵੀ ਫੇਲ ਹੈ, ਉਹਨਾਂ ਨੂੰ ਵੀ ਫੇਲ ਕਰ ਦਿੰਦਾ ਜਿਹਨਾਂ ਕੋਲ ਜਾਂਦਾ। ਇਹ ਬੰਦੇ ਦੇ ਵਿੱਚ ਕੈਲੀਵਰ ਨਹੀਂ ਹੈ, ਗੁੜ ਲੱਗਿਆ ਵਜਾ ਕਿਸੇ ਨੇ ਚੱਟੀ ਜਾਣਾ, ਕਿਆ ਉਹਦੇ ਵਿੱਚ ਕੁਛ ਵੀ ਨਹੀਂ ਆਉਂਦਾ ਹੀ ਕੁਛ ਨਹੀਂ ਉਹਨੂੰ।